ਉੱਤੇ ਤਾਂ ਬੜੀ ਮਦਭਾਗੀ ਉੱਥੇ ਗੱਲ ਹੋਈ ਆ ਜਿਹੜੀ ਸਾਡੇ ਜਿਹੜੇ ਪੱਤਰਕਾਰ ਵੀਰ ਆ ਇੱਕ ਨੂੰ ਵੀ ਕਿਸੇ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਉੱਥੇ MLA ਸਾਹਿਬ ਨੇ ਤਾਂ ਉਹਨਾਂ ਨੂੰ ਬਾਹਰ ਕੱਢਤਾ ਜੀ ਐਡੇ ਸਾਡੇ ਸਤਿਕਾਰਯੋਗ ਪੱਤਰਕਾਰ ਸਾਹਿਬ ਆ ਜੀ ਉਹ ਫਿਰ ਦੇਖੋ ਜੀ ਬਿਲਡਿੰਗ ਪਾਸ ਕੀਤੀ ਨਗਰ ਨਿਗਮ ਦੀ ਕਹਿੰਦੇ ਬਿਲਡਿੰਗ ਬਣਾਉਣੀ ਆ ਅਸੀਂ ਨਵੀਂ ਅਤੇ ਮੈਂ MLA ਸਾਹਿਬ ਨੂੰ ਕਿਹਾ ਕਿ ਆਪਾਂ ਨਗਰ ਨਿਗਮ ਦਾ ਜ਼ਰੂਰੀ 7 ਕਰੋੜ ਰੁਪਈਆ ਖਰਾਬ ਕਰਨਾ ਜੀ ਤੁਸੀਂ ਪੰਜਾਬ ਸਰਕਾਰ ਤੋਂ ਲੈ ਕੇ ਆਓ ਪੌਣੇ 5 ਸਾਲ ਹੋ ਗਏ ਆ ਬਣੀ ਨੂੰ ਸਰਕਾਰ ਇਹਨਾਂ ਦੀ ਨੂੰ ਅਤੇ 1 ਰੁਪਈਏ ਦੀ ਗ੍ਰਾਂਟ ਨਹੀਂ ਲੈ ਕੇ ਆਏ MLA ਸਾਹਿਬ ਬਿਲਕੁਲ ਫੇਲ ਸਾਬਤ ਹੋ ਗਏ MLA ਸਾਹਿਬ ਇਸ ਨੰਬਰ 'ਤੇ ਸਰ ਟਰੈਕਟਰ ਪਾਏ ਆ ਜੀ ਇਹਨਾਂ ਨੇ ਅਸੀਂ ਉਹ ਵੀ ਇਹਨਾਂ ਨੂੰ ਕਿਹਾ ਕਿ ਜਿਹੜੇ ਦੂਸਰੇ ਫੰਡ ਸਰਕਾਰ ਵੱਲੋਂ ਆਉਂਦੇ ਆ ਉਹਨਾਂ ਵੱਲੋਂ ਲੈ ਕੇ ਆਓ ਹਰ ਕੰਮ ਇਹ ਨਗਰ ਨਿਗਮ ਦੇ ਕੰਮਾਂ ਨੂੰ ਪੈ ਗਏ ਆ ਨਗਰ ਨਿਗਮ ਦੀਆਂ ਜਿਹੜੀਆਂ ਨੋਵਾ ਗੱਡੀਆਂ ਵਾ ਆਪਦੇ ਜਿਹੜੇ ਜੀ ਸੁੱਖ ਸਹੂਲਤਾਂ ਵਾਸਤੇ ਆ ਉਹੀ ਕੰਮ ਕਰਦੇ ਆ ਲੋਕਾਂ ਦਾ ਕੁਛ ਨਹੀਂ ਕਰਦੇ ਇੰਨੇ ਜਿੰਨੇ ਕਰੋੜ ਦੇ ਕੰਮ ਪਾਸ ਕਰੀ ਬੈਠੇ ਉਹਨਾਂ ਦਾ ਪੈਸਾ ਹੀ ਹੈ ਨਹੀਂ ਜੀ ਸਾਰੇ ਸ਼ਹਿਰ ਦੇ ਵਿੱਚ ਗੰਦਾ ਪਾਣੀ ਜਿੱਥੇ ਮਰਜ਼ੀ ਜਾਵੜੋ ਸੀਵਰੇਜ ਦੀ ਇੰਨੀ ਬਲੋਕਿੰਗ ਆ ਕਿਤੇ ਕੋਈ ਜਿਹੜੀ ਮੋਟਰ ਪਾਣੀ ਵਾਲੀ ਖਰਾਬ ਹੋ ਜਾਂਦੀ ਆ ਮੁੜ ਕੇ 4-4 ਮਹੀਨੇ ਮੋਟਰ ਹੀ ਨਹੀਂ ਠੀਕ ਹੁੰਦੀ ਜੀ ਇਹਨਾਂ ਤੋਂ ਸਟਰੀਟ ਲਾਈਟ ਦਾ ਜੇ ਤੁਸੀਂ ਵੇਖੋ ਨਾ ਸਟਰੀਟ ਲਾਈਟ ਅੱਧਿਓ ਵੱਧ ਖਰਾਬ ਪਈ ਹੈ ਜੀ ਸਾਰੇ ਕੌਂਸਲਰ ਪਿੱਟਦੇ ਆ ਪਰ ਇੱਕ ਗੱਲ ਬੜੀ ਮੈਂ ਮਾੜੀ ਵੇਖੀ ਉੱਥੇ ਕੱਲ੍ਹ ਜਿੰਨੇ ਵੀ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਡਿਪਟੀ ਮੇਅਰ ਨਾਲੇ ਉਹਨਾਂ ਦੇ ਕਾਂਗਰਸ ਦੇ ਕੌਂਸਲਰ ਇੱਕ ਵੀ ਬੰਦਾ ਨਹੀਂ ਅੰਦਰ ਬੋਲਿਆ ਜੀ ਇੱਕ ਵੀ ਬੰਦਾ ਮਾੜਾ ਜਿਹਾ ਬੋਲ ਕੇ ਕੋਈ ਹਾਂ ਦਾ ਨਾਰਾ ਮਾਰ ਦੇਵੇ ਕਿ ਭਾਈ ਸਾਹਿਬ ਸਾਡੇ ਲਾਈਟਾਂ ਬੰਦ ਆ ਜਾਂ ਸਾਡੇ ਸੀਵਰੇਜ ਬਲੋਕ ਆ ਮੈਂ ਕਹਿੰਦਾ ਜੀ ਕਮਿਸ਼ਨਰ ਸਾਹਿਬ ਨੇ ਝੰਡਾ ਪੜਤਾ ਬਾਈ ਯੈਸ ਕਰਕੇ ਬਾਹਰ ਆ ਗਿਆ ਜੀ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਦਾ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ PC ਸੜਕਾਂ ਜਿਹੜੀਆਂ ਨਵੀਆਂ ਬਣੀਆਂ ਹੋਈਆਂ ਉਹਨਾਂ ਨੂੰ ਤੜਾ ਤੜਾ ਕੇ ਇੰਟਰਲੋਕ ਲਵਾਈ ਜਾ ਰਹੀ ਹੈ ਜਿੱਥੇ ਕਿ ਕੱਚੀਆਂ ਸੜਕਾਂ ਇੱਟਾਂ ਲੱਗੀਆਂ ਹੋਈਆਂ ਉਹਨਾਂ ਵੱਲ ਉਹ ਸਾਰੀ ਸਾਡੇ ਕੋਲ ਲਿਸਟ ਹੈਗੀ ਆ ਜੀ ਉਹ ਅਸੀਂ ਕਮਿਸ਼ਨਰ ਸਾਹਿਬ ਨੂੰ ਹੁਣ ਮਿਲਣਾ ਵਾ ਇਹ ਤਾਂ ਸਿਰਫ ਇੱਕ ਵੋਟਾਂ ਦਾ ਸਟੰਟ ਆ ਕਿ ਲੋਕਲ ਵਾਲੀਆਂ ਸੜਕਾਂ ਨਵੀਆਂ ਪੱਟ ਪੱਟ ਕੇ ਇੰਟਰਲੋਕਿੰਗ ਲਾਈ ਜਾਂਦੇ ਆ ਕਿ ਆਪਦਾ ਵੋਟ ਬੈਂਕ ਅਸੀਂ ਕਿਵੇਂ ਨਾ ਕਿਵੇਂ ਪੱਕਾ ਕਰਨਾ ਜੀ ਠੰਡਾ ਮੀਂਹ ਪਿਆ ਜੀ ਅਤੇ ਪਾਣੀ 2 ਦਿਨ ਖੜਦਾ ਰਹਿ ਜਾਂਦਾ ਗਾਂ ਕੋਈ ਆਉਂਦਾ ਨਹੀਂ ਇੱਥੇ ਜੀ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਜੀ ਕਮੇਟੀ ਵਾਲੇ ਤੁਹਾਡੇ ਕੋਲ ਪਰਚੀ ਕੱਟ ਕੇ ਜਾਂਦੇ ਆ ਨਹੀਂ ਜੀ ਨਹੀਂ ਜੀ ਨਹੀਂ ਕਰਦੇ ਨਹੀਂ ਜੀ ਕੋਈ ਅਧਿਕਾਰੀ ਆਉਂਦਾ ਤੁਹਾਡੇ ਕੋਲ ਕਿਤੇ ਕੋਈ ਨਹੀਂ ਹੁੰਦਾ ਜੀ ਕਿੱਦਾਂ ਚੱਲਦਾ ਕੰਮ ਇੱਥੇ ਕੰਮ ਜੀ ਸਹੀ ਚੱਲਦਾ ਜਦੋਂ ਮੀਂਹ ਪਾਣੀ ਕਰਕੇ ਕੰਮ ਆਉਂਦਾ ਵੀ ਜਾਂਦਾ ਜੀ ਪਾਣੀ ਕਰਕੇ ਗਾਹਕ ਨਹੀਂ ਆਉਂਦਾ ਨਹੀਂ ਹੁੰਦਾ ਜੀ ਹਾਲਾਤ ਤੁਹਾਡੇ ਸਾਹਮਣੇ ਹੈ ਜੀ ਪਾਣੀ ਚਾਹੇ ਥੋੜ੍ਹਾ ਜਿਹਾ ਬਾਰਿਸ਼ ਪਵੇ ਤਾਂ ਵੀ ਪਾਣੀ ਖੜ ਜਾਂਦਾ ਪਰ ਸਾਡੇ ਲਈ ਮੇਨ ਮੁੱਦਾ ਇਸ ਟਾਈਮ ਮੰਡੀ ਦੇ ਵਪਾਰੀਆਂ ਲਈ ਅਤੇ ਮੰਡੀ ਦੇ ਜਿਹੜੇ ਰਹਿਸ਼ੀ ਘਰ ਨੇ ਉਹਨਾਂ ਲਈ ਇੱਕੋ ਮੁੱਦਾ ਬਣਿਆ ਹੋਇਆ ਆ ਪਿੱਠ ਜਿਹਨੂੰ ਕਿ ਰੋਕਣ ਲਈ ਅਸੀਂ ਦਸੰਬਰ ਦੇ ਮਹੀਨੇ ਵਿੱਚ ਵੀ ਇੱਕ ਲੈਟਰ ਦਿੱਤੀ ਸੀਗੀ ਕਿ ਇਸ ਨੂੰ ਨਾ ਬਣਾਇਆ ਜਾਵੇ ਇੱਥੇ ਪਾਰਕਿੰਗ ਵੀ ਹੈ 3 ਟਰਾਂਸਫਾਰਮਰ ਲੱਗੇ ਨੇ ਮੰਡੀ 'ਚ ਉੱਤੋਂ ਇੱਥੇ ਰਿਹਾਇਸ਼ੀ ਮਕਾਨ ਹੈ ਪਲੱਸ ਇੱਥੇ ਟਰੱਕ ਖੜਦੇ ਆ ਕਾਰੋਬਾਰ ਇਸ ਮੰਡੀ ਦੇ ਵਿੱਚੋਂ ਚੱਲਦਾ ਸਾਰਾ ਪਰ ਤੁਸੀਂ ਆਪ ਦੇਖ ਲਓ ਤੁਹਾਡੇ ਸਾਹਮਣੇ ਹਾਲ ਹੈ ਇਹ ਗੰਦ ਇੱਥੇ ਘੱਟੋ ਘੱਟ 3 ਹਫ਼ਤਿਆਂ ਤੋਂ ਪਿਆ ਅਸੀਂ ਪ੍ਰਸ਼ਾਸਨ ਨੂੰ ਫੋਟੋਆਂ ਵੀ ਭੇਜ ਚੁੱਕੇ ਹਾਂ ਕੰਪਲੇਂਟ ਵੀ ਫਾਈਲ ਕਰਾ ਚੁੱਕੇ ਹਾਂ ਪਰ ਕਿਸੇ ਦੀ ਕੋਈ ਇੱਥੇ ਦੇਖਣ ਲਈ ਵੀ ਨਹੀਂ ਆਇਆ ਕੋਈ ਅਤੇ ਨਾ ਇਹ ਟੁੱਟੇ ਹੋਏ ਨੂੰ ਵੀ ਬਹੁਤ ਦਿਨ ਹੋ ਗਏ ਜਦੋਂ ਇਹ ਬਣਾਉਣਾ ਸ਼ੁਰੂ ਕੀਤਾ ਜੀ ਉਦੋਂ ਵੀ ਕਿਹਾ ਸੀ ਵੀ ਇਹਨੂੰ ਸਾਈਡ 'ਤੇ ਜਾਂ ਕਿਤੇ ਹੋਰ ਸ਼ਹਿਰ ਤੁਸੀਂ ਦੇਖਦੇ ਹੋਵੋਗੇ ਕਾਰਪੋਰੇਸ਼ਨ ਦੇ ਵਿੱਚ ਵੀ ਇੱਕ ਪਿੱਟ ਬਣਿਆ ਹੋਇਆ ਸਵੇਰਾ ਹੌਸਪੀਟਲ ਆਪਣਾ ਲੰਡੇ ਕੇ ਤੋਂ ਅੱਗੇ ਜਾਈਏ ਉੱਥੇ ਵੀ ਬਣਿਆ ਹੋਇਆ ਕੋਈ ਵੀ ਪਿੱਟ ਯੂਜ਼ ਦੇ ਵਿੱਚ ਹੈ ਨਹੀਂ ਸਿਰਫ ਇੱਕ ਬਣਾ ਕੇ ਇਹਨਾਂ ਨੂੰ ਛੱਡਿਆ ਗਿਆ ਪਰ ਇਹ ਪਿੱਟ 'ਚ ਤੁਸੀਂ ਹਾਲ ਦੇਖੋ ਇਹ ਟੁੱਟਿਆ ਪਿਆ ਇੱਥੇ ਸ਼ਾਮ ਨੂੰ ਗਊਆਂ ਮੂੰਹ ਮਾਰਦੀਆਂ ਕੁੱਤੇ ਵਗੈਰਾ ਆਵਾਰਾ ਕੁੱਤੇ ਦੇ ਵਿੱਚ ਖੜ੍ਹੇ ਹੁੰਦੇ ਆ ਅਤੇ ਜਿਹੜੇ ਇੱਥੇ ਪਾਰਕਿੰਗ ਦੇ ਵਿੱਚ ਗੱਡੀਆਂ ਵਿਚਾਰੇ ਬਾਹਰੋਂ ਆ ਕੇ ਪਾਰਕਿੰਗ ਲਾਉਣ ਆਏ ਉਹ ਖੜ੍ਹ ਵੀ ਨਹੀਂ ਸਕਦੇ ਅਸੀਂ ਤਾਂ ਹੁਣ ਇਸ ਬਾਈਟ ਕਰਕੇ ਇੱਥੇ ਖੜ੍ਹੇ ਹਾਂ ਨਹੀਂ ਤਾਂ ਸਾਡੀ ਦੁਕਾਨਾਂ ਤੱਕ ਇਸ ਪਿੱਟ ਦੀ ਸਮੈਲ ਮਾਰਦੀ ਆ ਘਰਾਂ ਤੱਕ ਵੀ ਮੱਛਰਾਂ ਨੂੰ ਵੀ ਸਿੱਧਾ ਸੰਦੇਸ਼ ਆਏ ਵਿਕਾਸ ਦੀ ਗੱਲ ਕੀਤੀ ਜਾ ਰਹੀ ਹੈਗੀ ਕੱਲ੍ਹ ਵੀ ਜਿਹੜੇ ਕਿ 26 ਕਰੋੜ ਦੇ ਮਤੇ ਪਾਸ ਕੀਤੇ ਨੇ ਕੀ ਤੁਹਾਨੂੰ ਲੱਗਦਾ ਜੀ ਦੇਰ ਆਏ ਦਰੁਸਤ ਆਏ ਦੇਖੋ ਕੀ ਹੁੰਦਾ ਜੀ ਅੱਗੇ ਪਹਿਲਾਂ ਵੀ ਜਿਵੇਂ ਹੁੰਦਾ ਆ ਉਵੇਂ ਗਾਂਹ ਹੋ ਜਾਊਗਾ ਵਿਸ਼ਾਲ ਜੀ ਕੀ ਕੰਮ ਕਰਦੇ ਮੈਂ ਰੇੜੀ ਹੈ ਜੀ ਹਾਂਜੀ ਕਿੰਨੀ ਔਖਾਈ ਹੁੰਦੀ ਇੱਥੇ ਜਦੋਂ ਬਹੁਤ ਜ਼ਿਆਦਾ ਔਖਾ ਹੁੰਦਾ ਕਿ ਤਾਂ ਜੀ ਪਾਣੀ ਖੜ ਜਾਂਦਾ ਬਾਅਦ 'ਚ ਜਿੰਨਾ ਗੰਦ ਪਿਲ ਜਿਹੜਾ ਇਕੱਠਾ ਹੁੰਦਾ ਸਾਰਾ ਇੱਥੇ ਇਕੱਠਾ ਹੋ ਜਾਂਦਾ ਜੀ ਉਸੇ ਨਾਲ ਹੀ ਪੈਰ ਖਰਾਬ ਹੋ ਜਾਂਦੇ ਸਭ ਕੁਛ ਹੁੰਦਾ ਜੀ ਕੋਈ ਇੱਥੇ ਕੋਈ ਗਟਰ ਨਹੀਂ ਕੋਈ ਕੋਈ ਨਾਲੀ ਨਹੀਂ ਕੋਈ ਕੁਛ ਨਹੀਂ ਜੀ ਕੁਛ ਨਹੀਂ ਬਣਿਆ ਕੁਛ ਵੀ ਨਹੀਂ ਨਗਰ ਨਿਗਮ ਕਹਿੰਦਾ ਵਿਕਾਸ ਬਹੁਤ ਕਰਾਇਆ ਗਿਆ ਸੀ ਵਿਕਾਸ ਇੱਥੇ ਕਹਿੰਦਾ ਹੈ ਜੀ ਉੱਧਰ ਵੇਖ ਲਓ ਉੱਧਰਲੀ ਮੰਡੀ ਸਾਰੀ ਸੁੱਕੀ ਇੱਧਰ ਵੇਖੋ ਪਾਣੀ ਕਿਵੇਂ ਜਿਵੇਂ ਨਹਿਰ ਹੁੰਦੀ ਆ ਉਵੇਂ ਚੱਲਦਾ ਪਿਆ ਜੀ ਨਹਿਰ ਵਾਂਗੂ ਪਾਣੀ ਚੱਲਦਾ ਮੀਂਹ ਕਿਤੇ 1/2 ਘੰਟਾ ਨਹੀਂ ਪਿਆ ਜੀ ਆਹ ਇੱਥੇ ਹੀ ਆਈ ਆ ਵਿਖੜੇ ਹਾਂਜੀ ਬਰਸਾਤ ਕਿੰਨੀ ਦੇਰ ਹੋਈ ਆ ਬਸ 20-25 ਮਿੰਟ ਹੋਈ ਆ ਜੀ ਮੈਂ ਵੱਧ ਤੋਂ ਵੱਧ 1/2 ਘੰਟਾ ਮਾਂ ਹੋਈ ਆ ਪਾਣੀ ਕਿੰਨਾ ਹੈਗਾ ਪਾਣੀ ਤਾਂ ਵਾਧੂ ਆ ਹੀ ਦੇਖ ਹੀ ਰਹੇ ਕਿੰਨਾ ਪਾਣੀ ਦਾ ਬੁਰਾ ਹਾਲ ਵਾ ਪਾਣੀ ਦਾ ਬੁਰਾ ਹਾਲ ਹਾਂਜੀ ਕਿੰਨੇ ਗੁੱਠਿਆ ਗੁੰਦੇ ਆ ਖਿਆਈ ਤਾਂ ਪੂਰੀ ਆ ਜੀ ਨਾ ਕੋਈ ਗਾਹਕ ਵੜਦਾ ਇੱਥੇ ਕੋਈ ਨਾ ਲੈਣ ਨਹੀਂ ਦੇ ਨਹੀਂ ਕੋਈ ਨਾ ਕੋਈ ਅਧਿਕਾਰੀ ਆਉਂਦਾ ਵੀ ਕੋਈ ਪੁੱਛ ਪੜਤਾਲ ਕਰੇ ਵੀ ਕੀ ਗੱਲਬਾਤ ਹੈ ਕੋਈ ਨਹੀਂ ਆਉਂਦਾ ਹੈਗਾ ਜੀ ਬੜੇ ਵਾਅਦੇ ਕਰਦੀ ਹੈ ਨਗਰ ਨਿਗਮ ਵਿਕਾਸ ਵਾਅਦੇ ਤਾਂ ਝੂਠੇ ਵਾਅਦੇ ਸੁਣੀ ਜਾਂਦੇ ਆ ਜੀ ਬਹੁਤ ਚਿਰ ਤੋਂ ਸੁਣੀ ਜਾਂਦੇ ਝੂਠੇ ਵਾਅਦੇ ਸੁਣੀ ਜਾਂਦੇ ਵਿਕਾਸ ਨਹੀਂ ਹੁੰਦਾ ਕੋਈ ਵਿਕਾਸ ਨਹੀਂ ਹੈ ਜੀ ਇਸ ਬਾਰੇ ਕੀ ਦੱਸੋ ਤੁਸੀਂ ਸਾਰਾ ਸ਼ਹਿਰ ਹੀ ਘੁੰਮ ਲਓ ਜੀ ਹਰ ਥਾਂ ਹੀ ਜਲ ਥਲ ਹੋਈ ਪਈ ਆ ਇਹਦਾ ਕਾਰਨ ਇਹੀ ਹੈ ਜੀ ਮੁੱਖ
ना कि इन्हों का MLA का ध्यान शहर वास्ते बिल्कुल है नहीं। फिल्मों फुल्मों वाले ध्यान है, कोई सीवरेज टाइम से सफाई नहीं कराई, कोई इन्होंने पहली गलते चार महीने नगर निगम नूं बने नूं पहली मीटिंग की है, इन्हों का यह हाल है। मीटिंग दे विच हुण इह करी जांदे जिहड़ा आई जन विनो गुड़ी दे कन्न, हुण सीवरेज का बरसाता का टाइम है, हुण कहिंदे असीं सीवरेज की सफाई कराउंदे आ, इन्हों का इस बारे कोई ध्यान नहीं। तुसीं वेखो स्वच्छ भारत का करोड़ा रुपया आया सेंटर का, जाके वेखो बिटां का हाल, सारिया बिटा जिन्या ही खत्म हो चुकी हैं, स्वच्छ भारत का करोड़ा रुपया इन्होंने खराब करता। आप हमने गल कर रहे थे भी चार महीनों के हो गए नगर निगम बने, और पहली कल मीटिंग हुई है, पहली मीटिंग जी मीडिया को दरकिनार किया गया। वो तो जी इन्हों की सोच है, डर है, चोर न डर हों जी भी, जो पत्रकार ने अंदर कौंसलर ने अकाली दल ने मुद्दों के हर तरह के जवाब तलब सू पुछना है, असी उनका जवाब नहीं दे सकना, पत्रकार होंगे शूट करे, उन्होंने यही डर से जी, होर इन्हों का डर यही डर है इन्हों। ਬਜਾਜ ਸਾਹਿਬ ਮੰਡੀ 'ਚ ਪਹੁੰਚੇ ਹਾਂ, ਮੰਡੀ 'ਚ ਬੱਚਾ ਬਿੱਟਾਂ ਦੇਖੀਆਂ, ਬਹੁਤ ਬੁਰਾ ਹਾਲ ਹੈ, ਬਾਰਿਸ਼ ਹੋ ਰਹੀ ਹੈ, ਬਿੱਟਾਂ ਦੇ ਵਿੱਚ ਜਿਹੜਾ ਵੀ ਖਾਦ ਇਹਨਾਂ ਦੀ ਬਣਾਈ ਉਹ ਬਾਹਰ ਆ ਰਹੀ ਹੈ। ਖਾਦ ਕਾਹਦੀ ਜੀ, ਉੱਥੇ ਤਾਂ ਬੁਰਾ ਹਾਲ ਹੋਇਆ ਪਿਆ, ਲੋਕਾਂ ਵਾਸਤੇ ਨਰਕ ਬਣਿਆ ਪਿਆ, ਬਿੱਟਾਂ ਸਾਰੀਆਂ ਖਤਮ ਹੋ ਚੁੱਕੀਆਂ ਕਰੋੜਾਂ ਰੁਪਏ ਦਾ, ਕਿਤੇ ਅੱਜ ਤੱਕ ਕਮਿਸ਼ਨਰ ਨੇ ਆ ਕੇ ਬਿੱਟਸ ਨਹੀਂ ਚੈੱਕ ਕੀਤੀਆਂ, ਇੱਕ ਇਹਨਾਂ ਨੇ ਰੇੜਾ 150-200 ਖਰੀਦਿਆ ਸੀ, ਇੱਕ ਰੇੜਾ 30-40 ਹਜ਼ਾਰ ਦਾ ਜੀ, ਉਹ ਸਭ ਗਲੇ ਪਏ, ਬੁਰਾ ਹਾਲ ਹੋਇਆ ਪਿਆ, ਹੁਣ 100 ਰੇੜਾ ਹੋਰ ਪਾਸ ਕਰਤਾ ਜੀ, ਆਹ ਤਾਂ ਇਹਨਾਂ ਦਾ ਹਾਲ ਹੈ, ਕੋਈ ਪਲੈਨਿੰਗ ਨਹੀਂ, ਕੋਈ ਧਿਆਨ ਨਹੀਂ ਇਹਨਾਂ ਦੇ ਇਸ ਬਾਰੇ। ਆਪਦੀ ਇੱਕ ਦੋ ਨੋਵਾ ਖਰੀਦ ਲਈਆਂ ਆਪਦੇ ਵਾਸਤੇ ਜੀ, ਕਰਾ ਦਿਓ ਜੀ 40-50 ਲੱਖ ਨੋਵਾ ਵਾਸਤੇ, 7-8 ਕਰੋੜ ਰੁਪਏ ਬਿਲਡਿੰਗਾਂ ਵਾਸਤੇ ਵੀ, ਲੋਕਾਂ ਨੂੰ ਤਾਂ ਤੁਸੀਂ ਪਹਿਲਾਂ ਸੁਵਿਧਾ ਦਿਓ, ਸਰਕਾਰਾਂ ਤੋਂ ਗਰਾਂਟਾਂ ਹੁੰਦੀਆਂ ਦੀਆਂ ਵੱਡੀਆਂ ਵੱਡੀਆਂ, ਇਹ ਸਿੱਧੂ ਸਾਹਿਬ ਨੂੰ ਕਹਿ ਕੇ ਕਰੋੜਾਂ ਰੁਪਈਆ ਦਾ ਅੱਜ ਤੱਕ ਮੈਂ ਕਹਿਣਾ ਦਾ ਲਾਣ, 1 ਰੁਪਈਆ ਨਹੀਂ ਕਿ ਕਰ ਦਿਨ ਸ਼ਾਮਿਲ ਵੀ, ਪੰਜਾਬ ਗੌਰਮੈਂਟ ਦਾ 1 ਰੁਪਈਆ ਲੱਗਾ, ਨਗਰ ਨਿਗਮ ਸਾਡੀ ਚੰਗੀ ਆ, ਬਜਟ ਤੋਂ ਵੱਧ ਇਹਨਾਂ ਨੇ ਹੁਣ ਜਿਹੜੇ ਕੰਮ ਪਾਸ ਕਰਤੇ ਆ, ਵੇਖੋ ਬਜਟ ਇਹਨਾਂ ਦਾ ਮਨਜ਼ੂਰ ਨਹੀਂ ਹੋਇਆ ਪਹਿਲਾਂ ਵਾਲਾ, ਬਜਟ ਵੀ ਨਹੀਂ ਇਹਨਾਂ ਦਾ ਮਨਜ਼ੂਰ ਹੋਇਆ ਜੀ ਪਹਿਲਾਂ। ਸਾਹਿਬ ਇੱਕ RTI ਪਾਈ ਗਈ ਹੈਗੀ ਜਿਹਦੇ ਵਿੱਚ ਲਿਖਿਆ ਹੈਗਾ ਵੀ 2 ਕਰੋੜ ਰੁਪਏ ਦਾ ਚਾਹ ਦਾ ਬਿੱਲ ਹੀ ਬਣਾਇਆ ਗਿਆ। ਹਾਂਜੀ ਹਾਂਜੀ, ਉਹ ਸਾਡੇ ਬਹੁਤ ਹੀ ਸਤਿਕਾਰਯੋਗ ਹੈ ਜੀ ਸੁਰੇਸ਼ ਸੂਦ ਜੀ ਨੇ, ਉਹਨਾਂ ਨੇ ਪਾ ਕੇ RTI ਖਰੀਦਿਆ ਜੀ, ਜਦੋਂ ਲੋਕਡਾਊਨ ਦੇ ਵਿੱਚ ਨਗਰ ਨਿਗਮ ਭੰਗ ਹੋਈ ਉਸ ਦੌਰਾਨ ਇਹਨਾਂ ਨੇ 2 ਕਰੋੜ ਦਾ ਚਾਹ ਦੇ ਬਿੱਲ ਬਣਾਤੇ, ਮੈਂ ਹੈਰਾਨ ਹਾਂ। ਸਾਡੇ ਸੂਦ ਸਾਹਿਬ ਨੇ ਸਾਰੇ ਸ਼ਹਿਰ 'ਚ ਉਸ ਨੂੰ ਦਿਖਾਇਆ, ਉਹਦੇ ਬਾਰੇ ਇੱਕ ਬਿਆਨ ਨਹੀਂ ਆਇਆ MLA ਦਾ ਵੀ, ਇਹ ਕਿਉਂ